ਅੱਜ ਇੱਕ ਕੁਝ ਸਮਾਜ ਸੇਵੀਆਂ ਨੂੰ ਜਟਾਣਾ ਕੈਂਚੀਆਂ ਤੋਂ ਇੱਕ ਲਵਾਰਿਸ ਬੱਚਾ ਮਿਲਿਆ ਹੈ। ਜੇਕਰ ਕੋਈ ਵੀ ਦੋਸਤ ਮਿੱਤਰ ਇਸ ਬੱਚੇ ਨੂੰ ਪਛਾਣਦਾ ਹੋਵੇ ਤਾਂ ਤੁਰੰਤ 9417331531 9431 93 1331 'ਤੇ ਸੰਪਰਕ ਕਰੇ ਤਾਂ ਜੋ ਇਹ ਬੱਚਾ ਆਪਣੇ ਮਾਂ ਬਾਪ ਤੱਕ ਪਹੁੰਚ ਸਕੇ। ਕੀ ਨਾਮ ਹੈ ਬੇਟਾ? ਪਿੰਡ ਦੱਸ ਦੇ ਮੈਂ, ਕੱਲਾ ਪਿੰਡ ਕਿਹੜਾ? ਭੁੰਬਰਾ। ਹਾਂ, 1098 ਜਿਹੜੀ ਬੱਚਿਆਂ ਲਈ ਚਾਈਲਡ ਹੈਲਪਲਾਈਨ ਆ ਉਹਦੇ ਉੱਪਰ ਕਾਲ ਕੀਤੀ ਗਈ ਕਿਸੇ ਵੱਲੋਂ, ਜੋ ਵੀ ਇਸ ਬੱਚੇ ਨੂੰ ਮਿਲਿਆ ਜਿਸਨੂੰ, ਤਾਂ ਉਸਦੇ ਉੱਪਰ ਪਤਾ ਲੱਗਿਆ ਕਿ ਜਟਾਣਾ ਕੈਂਚੀ ਦਾ ਇੱਕ ਬੱਚਾ ਹੈਗਾ ਜੋ ਕਿ ਲਵਾਰਸ ਆ, ਜਿਸ ਦੀ ਉਮਰ 7-8 ਸਾਲ ਦੇ ਲਗਭਗ ਹੈਗੀ, ਵੀ ਜੋ ਬੱਚਾ ਆਪਣਾ ਕੁਛ ਪ੍ਰੋਪਰ ਤੌਰ 'ਤੇ ਪਤਾ ਟਿਕਾਣਾ ਨਹੀਂ ਦੱਸ ਰਿਹਾ। ਅਤੇ ਹੁਣ ਅੱਗੇ ਅਗਲੀ ਕੀ ਕਾਰਵਾਈ ਹੈ ਜੀ? ਅੱਗੇ ਕਾਰਵਾਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੇਕਰ ਵੀ ਬੱਚੇ ਦਾ ਮਾਤਾ ਪਿਤਾ ਜੇਕਰ ਸਾਨੂੰ ਮਿਲ ਸਕੇ ਤਾਂ ਉਸ ਤੋਂ ਬਾਅਦ ਨਹੀਂ, ਅਸੀਂ ਜਿਹੜੀ ਕਿ CWC ਕਮੇਟੀ ਹੈ, ਚਾਈਲਡ ਵੈਲਫੇਅਰ ਕਮੇਟੀ ਬੱਚਿਆਂ ਲਈ ਬਣੀਆਂਗੀ, ਕੱਲ੍ਹ ਨੂੰ ਅਸੀਂ ਫਿਰ ਉਹਨਾਂ ਸਾਹਮਣੇ ਇਸ ਬੱਚੇ ਨੂੰ ਪੇਸ਼ ਕਰਨਾ। ਕੋਈ ਕੰਟੈਕਟ ਨੰਬਰ ਤੁਹਾਡਾ ਜਿਹਦੇ ਬਾਰੇ ਜਾਣਕਾਰੀ ਆ ਸਕੇ, ਲੋਕ ਤੁਹਾਨੂੰ ਜੇਕਰ ਕੋਈ ਜਾਣਦਾ ਹੋਵੇ ਤਾਂ ਦੱਸ ਸਕੇ? ਹਾਂ, ਜੇਕਰ ਕਿਸੇ ਨੂੰ ਵੀ ਇਸ ਬੱਚੇ ਦਾ ਕੋਈ ਪ੍ਰੋਪਰ ਐਡਰੈਸ ਪਤਾ ਲੱਗਦਾ ਗਾ ਤਾਂ ਜਿਹੜਾ ਮੇਰਾ ਨੰਬਰ ਆ 7584930121, ਉਹਦੇ ਉੱਤੇ ਮੇਰੇ ਨਾਲ ਕੰਟੈਕਟ ਕਰ ਸਕਦੇ। ਜਿਹੜਾ 1098 ਤੋਂ ਜਿਹੜਾ ਇਹ ਹੈਲਪਲਾਈਨ ਹੈਗਾ ਨੰਬਰ, ਇਹਨਾਂ ਨੂੰ ਕਾਲ ਆਈ ਸੀ, ਜਿਹੜਾ ਜਠਾਣਾ ਕੈਂਚੀਆਂ ਤੋਂ ਜਿਹੜਾ ਬੱਚਾ ਮਿਲਿਆ ਜਿਸ ਦੀ ਉਮਰ ਕਰੀਬ 7 ਸਾਲ ਦੇ ਕਰੀਬ ਜਾਪਦੀ ਹੈ, ਅਤੇ ਜਿਹੜੇ ਇਹਦੇ ਹਰੇ ਰੰਗ ਦੀ ਟੀ ਸ਼ਰਟ ਅਤੇ ਜਿਹੜੀ ਲਾਈਨਦਾਰ ਪੈਂਟ ਪਾਈ ਹੋਈ ਹੈ, ਇਸ ਦੇ ਵਾਰਸਾਂ ਬਾਰੇ ਪੜਤਾਲ ਕੀਤੀ ਜਾ ਰਹੀ। ਅਸੀਂ ਆਸੇ ਪਾਸੇ ਜਿਹੜੇ ਪੁਲਿਸ ਸਟੇਸ਼ਨ ਪੈਂਦੇ ਉਹਨਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ, ਬਾਕੀ ਜਿਹੜਾ ਸਾਡੇ PCR ਮਾਨਸਾ ਅਤੇ ਜਿਹੜਾ ਸਾਡਾ ਵਟਸਐਪ ਗਰੁੱਪ ਜਿਹੜਾ ਮਾਨਸਾ ਦਾ, ਉਸ 'ਤੇ ਫੋਟੋ ਪਾ ਕੇ ਇਸ ਦੇ ਹੁੜੀਏ ਬਾਰੇ ਅਤੇ ਇਹਦੇ ਬਾਇਓਡਾਟਾ ਦਿੱਤਾ ਜਾ ਰਿਹਾ। ਕੋਈ ਨੰਬਰ ਦੱਸੋਗੇ ਸਰ ਵੀ ਜਿਹਦੇ ਕੋਈ ਜਾਣਕਾਰੀ ਦੇ ਸਕੇ ਸਾਡੇ ਚੈਨਲ ਰਾਹੀਂ? ਕੋਈ ਉਹਦੇ ਬਾਰੇ ਸਾਡੇ ਪੁਲਿਸ ਸਟੇਸ਼ਨ ਦਾ ਨੰਬਰ ਹੈਗਾ 97850 17 ਜਾਂ 5517 ਮੁਨਸ਼ੀ ਦਾ ਹੈਗਾ, ਜਾਂ ਸਾਡੇ PCR ਮਾਨਸਾ ਦਾ ਹੈਗਾ, ਉਸ ਦੇ ਸਕਦੇ ਹੋ।